ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਦਿੱਲੀ ਵਿਖੇ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਢਾਉਣ ਤੇ ਰੋਸ ਪ੍ਰਗਟ ਕਰਨ ਲਈ ਅੱਜ ਸਮੂਹ ਰਵਿਦਾਸ ਭਾਈਚਾਰੇ ਵੱਲੋਂ ਗੁਰਾਇਆ ਵਿਖੇ ਧਰਨਾ ਦਿੱਤਾ ਗਿਆ, ਜਿਸ ਵਿੱਚ ਸੰਗਤਾਂ ਨੇ ਭਾਰੀ ਮਾਤਰਾ ਵਿੱਚ ਹਿੱਸਾ ਲਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਡਾਕਟਰ ਗਿਆਨ ਚੰਦ, ਸੁਖਵਿੰਦਰ ਬਿੱਟੂ, ਅਸ਼ੋਕ ਲੇਖਰਾਜ, ਵਿਕਾਸ ਚੌਹਾਨ, MC ਹਰਮੇਸ਼ ਲਾਲ, ਗੁਰਪ੍ਰੀਤ ਧੀਮਾਨ, ਸੋਹਨ ਲਾਲ, ਸੰਨੀ, ਮਨਜੀਤ, ਨਿਰਮਲ ਰੋੜਕਾ, ਹਰਿੰਦਰ, ਸੁਨੀਤਾ ਰਾਣੀ, ਅਮਨ, ਆਸ਼ਾ ਰਾਣੀ, ਪ੍ਰਧਾਨ ਦਲਜੀਤ ਕੁਮਾਰ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਆਪਣਾ ਰੋਸ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਮੁੜ ਮੰਦਰ ਦੀ ਉਸਾਰੀ ਦੀ ਮੰਗ ਕੀਤੀ। ਉਹਨਾਂ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਵਿਸ਼ੇ ਤੇ ਗੌਰ ਕਰਨ ਦੀ ਜ਼ਰੂਰਤ ਹੈ। ਜੇਕਰ ਸਰਕਾਰ ਉਹਨਾਂ ਦੀ ਮੰਗ ਤੇ ਅਮਲ ਨਹੀਂ ਕਰਦੀ ਤਾਂ ਸੰਗਤ ਵੱਲੋਂ ਠੋਸ ਕਦਮ ਚੁੱਕੇ ਜਾਣਗੇ ਅਤੇ ਸਰਕਾਰ ਖਿਲਾਫ ਅਜਿਹੇ ਧਰਨੇ ਜਾਰੀ ਰੱਖੇ ਜਾਣਗੇ। ਉਹਨਾਂ ਨੇ ਕਿਹਾ ਕਿ ਲੋੜ ਪੈਣ ਤੇ ਹਾਈਵੇ ਤੇ ਚੱਕਾ ਜਾਮ ਵੀ ਕੀਤਾ ਜਾਵੇ। ਅੱਜ ਜਿਹੜਾ ਦਿੱਲੀ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦਾ ਧਾਰਮਿਕ ਸਥਾਨ ਜਿਹੜਾ ਸੀਗਾ, 300 ਸਾਲ ਪੁਰਾਣਾ ਮਹਾਰਾਜ ਦੇ ਟਾਈਮ ਦਾ ਜਿਹੜਾ ਬਣਿਆ ਹੋਇਆ ਸੀਗਾ, ਉਸ ਧਾਰਮਿਕ ਸਥਾਨ ਨੂੰ ਦਿੱਲੀ ਦੀ ਸਰਕਾਰ ਪਲੱਸ ਸੈਂਟਰ ਗੌਰਮੈਂਟ ਰਲ ਕੇ ਇੱਕ ਸੋਚੀ ਸਾਜੀ ਸਾਜਿਸ਼ ਦੇ ਤਹਿਤ ਢਾਇਆ ਹੈਗਾ। ਉਹਦੇ ਵਿਰੋਧ ਦੇ ਵਿੱਚ ਅੱਜ ਗੁਰਾਇਆਂ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਨਾਮ ਨਿਵਾ ਸੰਗਤ ਨੇ ਧਰਨਾ ਦਿੱਤਾ ਹੈ, ਔਰ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਇੱਦਾਂ ਦੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਆ ਜਾਵੇ, ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਰਵਿਦਾਸੀਆ ਧਰਮ ਆ, ਬਹੁਜਨ ਸਮਾਜ ਆ, ਉਹ ਆਪਣੇ ਸੰਘਰਸ਼ ਹੋਰ ਤਿੱਖਾ ਕਰੂਗਾ, ਔਰ ਇਸ ਨਾਲ ਰਾਜਾ ਚਾਹੁੰਦੇ ਹਾਂ ਜੈ ਭੀਮ ਜੈ ਭਾਰਤ, ਧੰਨ ਗੁਰਦੇਵ, ਜੈ ਗੁਰਦੇਵ, ਧੰਨ ਗੁਰਦੇਵ। ਪ੍ਰਾਚੀਨ ਮੰਦਰ ਦੇ ਨੂੰ ਟੈਡੇਰੀ ਕਰਨ ਦੇ ਲਈ ਦਿੱਲੀ ਸਰਕਾਰ ਔਰ ਕੇਂਦਰ ਸਰਕਾਰ ਜਿਹੜੀ ਹੈ ਉਹ ਵੱਡੇ ਪੱਧਰ 'ਤੇ ਪਿਛਲੇ ਸਮੇਂ ਤੋਂ ਲੱਗੀਆਂ ਹੋਈਆਂ ਹਨ, ਔਰ ਉਹਦੇ ਖਿਲਾਫ ਰਵਿਦਾਸ ਨਾਮ ਲੇਵਾ ਸੰਗਤਾਂ, ਭਗਵਾਨ ਵਾਲਮੀਕ ਨਾਮ ਲੇਵਾ ਸੰਗਤਾਂ, ਡਾਕਟਰ ਅੰਬੇਦਕਰ ਮਿਸ਼ਨ ਸੋਸਾਇਟੀਆਂ ਔਰ ਸਾਦਾ ਸਾਧੂ ਸੰਤ ਸਮਾਜ ਜਿਹੜਾ ਹੈ ਉਹ ਹਿੱਕ ਡਾਹ ਕੇ ਸਰਕਾਰ ਨੂੰ ਚੇਤਾਵਨੀ ਦੇ ਰਿਹਾ ਹੈ, ਔਰ ਉਹਦੇ ਸੰਬੰਧ ਵਿੱਚ ਅੱਜ ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਥਾਂ 'ਤੇ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਵੱਲੋਂ, ਭਗਵਾਨ ਵਾਲਮੀਕ ਨਾਮ ਲੇਵਾ ਸੰਗਤਾਂ ਵੱਲੋਂ, ਅੰਬੇਦਕਰ ਮਿਸ਼ਨ ਸੋਸਾਇਟੀਆਂ ਵੱਲੋਂ ਔਰ ਵੱਖ ਵੱਖ ਰਾਜਨੀਤਿਕ ਧਿਰਾਂ ਜਿਹੜੀਆਂ ਗੁਰਦਾਸ ਭਗਵਾਨ ਵਾਲਮੀਕ ਔਰ ਬਾਬਾ ਸਾਹਿਬ ਡਾਕਟਰ ਅੰਬੇਦਕਰ ਦੇ ਪੈਰੋਕਾਰ ਹਨ, ਉਹਨਾਂ ਵੱਲੋਂ ਵੱਡੇ ਪੱਧਰ 'ਤੇ ਧਰਨੇ ਪ੍ਰਦਰਸ਼ਨ ਕੀਤੇ ਗਏ। ਇਸ ਸੰਬੰਧ ਵਿੱਚ ਅੱਜ ਗੁਰਾਇਆ ਚੌਕ ਵਿਖੇ ਵੀ ਇੱਕ ਵੱਡਾ ਅੰਦੋਲਨ ਕੀਤਾ ਗਿਆ। ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਅਜਿਹੇ ਫੈਸਲਿਆਂ 'ਤੇ ਵਿਚਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਵੱਡਾ ਅੰਦੋਲਨ ਜਿਹੜਾ ਹੈ ਉਹ ਗੁਰਦਾਸ ਨਾਮ ਲੇਵਾ ਸੰਗਤਾਂ, ਭਗਵਾਨ ਵਾਲਮੀਕ ਨਾਮ ਲੇਵਾ ਸੰਗਤਾਂ ਔਰ ਡਾਕਟਰ ਅੰਬੇਦਕਰ ਦੇ ਪੈਰੋਕਾਰ ਵੱਡੇ ਪੱਧਰ 'ਤੇ ਅੰਦੋਲਨ ਕਰਨਗੇ, ਔਰ ਜਿਸ ਨੂੰ ਸਰਕਾਰ ਨੂੰ ਸੰਭਾਲਣਾ ਔਖਾ ਹੋਏਗਾ, ਔਰ ਇਹ ਚੇਤਾਵਨੀ ਦੇ ਨਾਲ ਅਸੀਂ ਫਿਰ ਚੇਤਾਵਨੀ ਦਿੰਦੇ ਸਰਕਾਰ ਨੂੰ ਕਿ ਇਸ ਫੈਸਲੇ 'ਤੇ ਨਜ਼ਰਸਾਨੀ ਕਰਕੇ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ, ਨਹੀਂ ਤਾਂ ਅੰਦੋਲਨ ਦੇ ਵਿੱਚ ਆਏ ਸਿੱਟਿਆਂ ਦੀ ਜ਼ਿੰਮੇਵਾਰ ਸਰਕਾਰ ਹੋਏਗੀ। ਧੰਨਵਾਦ, ਜੈ ਗੁਰਦੇਵ, ਧੰਨ ਗੁਰਦੇਵ, ਜੈ ਵਾਲਮੀਕ, ਜੈ ਭੀਮ, ਜੈ ਭਾਰਤ। ਜੋ ਅੱਜ ਬੱਸ ਸਟੈਂਡ ਗੁਰਾਇਆ ਵਿਖੇ ਧਰਨਾ ਲਗਾਇਆ ਗਿਆ ਰਿਗਾਰਡਿੰਗ ਦਿੱਲੀ ਜਿਹੜਾ ਗੁਰੂ ਰਵਿਦਾਸ ਮਹਾਰਾਜ ਦਾ ਇਸ਼ੂ ਚੱਲ ਰਿਹਾ, ਉੱਥੇ ਮੰਦਰ ਜੋ ਢਾਇਆ ਗਿਆ, ਉਸ ਸੰਬੰਧੀ ਅੱਜ ਧਰਨਾ ਬੜਾ ਪੀਸਫੁੱਲ ਤਰੀਕੇ ਨਾਲ ਇਹਨਾਂ ਲਗਾਇਆ ਔਰ ਪੀਸਫੁੱਲ ਤਰੀਕੇ ਨਾਲ ਇਹਨਾਂ ਦਾ ਖਤਮ ਹੋ ਗਿਆ।